ਕਹਿਣ ਜਿਨ੍ਹਾਂ ਇਸ ਮਖਸੂਸੀ ਦੀ ਬੁਨਿਆਦ ਰੱਖੀ ਹੈ, ਮਾਲਕ ਉਹਨਾਂ ਦੇ ਦਰਜਾਤ ਬੁਲੰਦ ਫਰਮਾਵੇ। ਭਾਈ ਮੁਲਾਜ਼ਮ ਹੁਸੈਨ ਇਸ ਮਕਾਮ 'ਤੇ ਡਿਊਟੀ ਦਿੰਦੇ ਹਨ, ਨਾਜ਼ਮ ਮੈਂਬਰ ਹਨ ਤੁਹਾਡੇ ਇਲਾਕੇ ਦੇ, ਉਸ ਵਾਸਤੇ ਦੁਆ ਮੰਗੋ, ਮਾਲਕ ਉਸਦੇ ਦਰਜਾਤ ਬੁਲੰਦ ਫਰਮਾਵੇ। ਹਾਸਿਦ ਕੋ ਦੀਨ ਦੁਨੀਆ ਮੇਂ ਇੱਜ਼ਤ ਨਹੀਂ ਮਿਲੀ, ਹਾਸਿਦ ਕੋ ਦੀਨ ਦੁਨੀਆ ਮੇਂ ਇੱਜ਼ਤ ਨਹੀਂ ਮਿਲੀ, ਗਾਸਿਬ ਕੋ ਛੀਨਨੇ ਸੇ ਦੌਲਤ ਨਹੀਂ ਮਿਲੀ, ਹੈਦਰੀ ਨਹੀਂ ਕਹਿਤਾ ਕਿ ਬੁਗਜ਼ੇ ਅਲੀ ਕੋ ਛੋੜ ਦੋ, ਹੈਦਰੀ ਨਹੀਂ ਕਹਿਤਾ ਬੁਗਜ਼ੇ ਅਲੀ ਕੋ ਛੋੜ ਦੋ, ਮਾਸ਼ਰ ਕੋ ਫਿਰ ਨਾ ਕਹਿਣਾ ਕਿ ਜੰਨਤ ਨਹੀਂ ਮਿਲੀ, ਮਿਲ ਗਏ ਨਾਰੇ ਹੈਦਰੀ। ਕਾਬਿਲ ਇੱਜ਼ਤ ਖਤੀਬ ਆਲੇ ਮੁਹੰਮਦ ਮੁਸੱਵਰ ਗਮ ਸ਼ਬੀਰ ਕਿਬਲਾ ਮੌਲਾਨਾ ਸੈਯਦ ਮੁਅੱਜ਼ਮ ਅੱਬਾਸ ਨਕਵੀ ਸਾਹਿਬ ਗੜਮੋੜ ਜ਼ਿਲ੍ਹਾ ਜੰਗ, ਔਰ ਅੱਜ ਦੀ ਮਜਲਿਸ ਆਜ਼ਾਦ ਆਖਰੀ ਖਤੀਬ ਸਰਦਾਰ ਨੁਸਰਤ ਅੱਬਾਸ ਖਾਨ ਚਾਂਡੀਓ ਸਾਹਿਬ। ਆਖਰੀ ਹੈ ਨਾ ਜੀ, ਸਲਵਾਤ ਅਕਬਰ ਮੁਹੰਮਦ ਮੁਹੰਮਦ ਕਾਫੀ ਬੈਠੇ ਆਪਣੇ ਆਪ ਨੂੰ ਥੋੜ੍ਹਾ ਨਾ ਸਮਝੋ, ਬਾਬਾ ਤੇ ਬੁਲੰਦ ਸਲਵਾਤ ਬਾਣੀਆਂ ਦੀ ਅਸੀਅਤ ਵਿੱਚ ਇੱਕ ਜੁਮਲਾ ਮਸਾਹਿਬ ਦਾ ਤੇ ਮਿੰਬਰ ਹਵਾਲੇ, ਲੱਥਾ ਬੈਠਾ ਤੇ ਆਧਾ ਬੈਠਾ ਲੋਗੋ ਮੈਂ ਗਰੀਬ, ਆਧਾ ਬੈਠਾ ਕੋਈ ਹੇ ਮੜੀਆਂ ਭੈਣਾਂ ਦੇ ਬੁਰਕੇ ਬਚਾਉਣ ਵਾਲਾ, ਕੋਈ ਹੇ ਮੜੀਆਂ ਭੈਣਾਂ ਨੂੰ ਵਤਨ ਪਹੁੰਚਾਉਣ ਵਾਲਾ। ਇਹ ਆਵਾਜ਼ ਹਰ ਕਹਿ ਸੁਣੀਏ, ਜਿਵੇਂ ਸੈਣ ਮਸੂਮਾ ਸੁਣੀਏ ਇੰਜ ਕਹਿ ਨਹੀਂ ਸੁਣੀ। ਮੈਂ ਨਾ ਕਰ ਲੱਖ ਦਫਾ ਆਖਾਂ ਲੱਖ ਦਫਾ ਆਖਾਂ, ਲੱਥਾ ਬੈਠਾ ਤੇ ਆਧਾ ਬੈਠਾ ਲੋਗੋ ਮੈਂ ਗਰੀਬ ਹਾਂ, ਆਧਾ ਬੈਠਾ ਲੋਗੋ ਮੇਰੀ ਨਜ਼ਰ ਮੁੱਕ ਗਈ ਏ, ਕਹਿ ਮਿਲੇ ਆਧਾ ਬੈਠਾ ਲੋਗੋ ਮੇਰੀ ਕਮਰ ਤਰੁੱਟ ਗਈ ਏ। ਇਹ ਆਵਾਜ਼ ਹਰ ਕਹਿ ਸੁਣੀਏ, ਜਿਵੇਂ ਸੈਣ ਮਸੂਮਾ ਸੁਣੀਏ ਇੰਜ ਕਹਿ ਨਹੀਂ ਸੁਣੀ। ਪੁੱਪੀ ਦੇ ਕੋਲ ਆ ਕੇ ਆਦੀ ਪੁੱਪੀ ਅੰਮਾ ਮੈਂ ਬਾਬੇ ਦੋ ਵਹਿਨੀ, ਆਵਾਜ਼ ਅੰਦਰ ਰਸ਼ ਬਹੁਤ ਜ਼ਿਆਦਾ, ਕਿਵੇਂ ਵੈਸੇ ਨੇਜ਼ੇ ਨਾਲ ਨੇਜ਼ਾ ਏ, ਘੋੜੇ ਨਾਲ ਘੋੜੇ, ਤਲਵਾਰਾਂ ਨਾਲ ਤਲਵਾਰਾਂ, ਕਿਵੇਂ ਵੈਸੇ। ਬੀਬੀ ਦੂਜੀ ਦਫ਼ਾ ਆਖੇ, ਤੀਸਰੀ ਦਫ਼ਾ ਆਖੇ, ਚੌਥੀ ਦਫ਼ਾ ਬੀਬੀ ਨਹੀਂ ਆਖਾ, ਦਰਵਾਜ਼ੇ ਤੋਂ ਕੰਡ ਕੀਤੀ ਰੋ ਕੇ ਆਦੀ ਅੰਮਾ ਮੈਂ ਕੁੜਾ ਸਾ ਮੈਂ ਨਾ ਵਹਿੰਦੀ, 19 ਮਾਰ ਰਮਜ਼ਾਨ ਦੀ ਸੁਬਹ ਯਾਦ ਵੀ, ਅੰਮਾ ਤੂੰ ਸਾਂ ਤਰੇਈਆਂ ਭੈਣਾਂ ਬੁਰਕੇ ਪਾ ਕੇ ਮਸਜਿਦ ਦੇ ਦਰ ਤੇ ਕਿਉਂ ਗਈਆਂ। ਆਵਾਜ਼ ਆਉਂਦਾ ਅਮੀਰ ਬਾਬੇ ਨੂੰ ਜ਼ਰਬ ਲੱਗੀ ਆਈ, ਮੈਂ ਲੱਖ ਦਫ਼ਾ ਆਖਾਂ ਲੱਖ ਦਫ਼ਾ ਆਖਾਂ, ਆਵਾਜ਼ ਆਉਂਦਾ ਅਮੀਰ ਬਾਬੇ ਨੂੰ ਜ਼ਰਬ ਲੱਗੀ ਆਈ, ਰੋ ਕੇ ਆਦੀ ਅੰਮਾ ਮਾਰਨ ਵਾਲਾ ਉਕੂ ਇੱਕ ਆਈ, ਇੱਕ 9 ਲੱਖ ਵੀ ਅਮਰਿੰਦਾ। ਬੀਬੀ ਦੀ ਆਵਾਜ਼ ਆਉਂਦੀ ਅੰਮਾ ਫਿਜ਼ਾ ਮੜੀ ਧੀ ਕੋ ਘਿਨ ਜੋਲ, ਜਦਾਂ ਸੈਣ ਮਸੂਮਾ ਕੋ ਚਾਇਆ ਬੀਬੀ ਕਲਮਾ ਪੜਨ ਵਾਲੇ ਕੋਲ ਪੁੱਛਿਆ, ਬੰਦਾ ਖੁਦਾ ਕਿ ਤਾਈ ਮੇਰਾ ਬਾਬਾ ਡਿਟਾਈ ਕੋਈ ਨਾ ਯਾਦ, ਕਹਿੰਦੀ ਧੀਏ ਬੀਬੀ ਓ ਜੀ ਅੜਸਾ ਹੈ ਜ਼ਾਲਮ, ਓ ਜੀ ਆ ਜ਼ੁਲਮ ਕੀਤਾ ਹੈ, ਬੀਬੀ ਮਿੱਟੀ ਤੇ ਜਾਣ ਬਈਏ ਬੀਬੀ ਆਜੀਏ ਜ਼ਾਲਮਾ ਮਾਰ ਦਲੀਏ, ਹੁਣ ਡਸਾ ਮੇਰਾ ਬਾਬਾ ਕਿਤੇ ਉਹਨੂੰ ਜਿਵੇਂ ਮੁਰਦ ਦੇ ਚੱਕਰ ਵਹਿੰਦਾ ਲੈਂਦਾ ਵਹਿੰਦੀ ਜਾ ਤੇ ਕਦਮ ਰੋਕੇ ਆਦੇ ਮੌਲਾ, ਹੁਣ ਤੀਰ ਆਪ ਜਲ ਤਲਵਾਰੀ ਆਪ ਜਲ, ਮੌਲਾ ਮੇਰੀ ਮਜਬੂਰੀ ਬਣ ਗਈ ਹੈ ਸਈਦ ਆਦੇ ਮੁਰਦ ਜੇ ਮਦੇ ਕੋ ਪਹਿਲੇ ਕਦਮ ਤੇ ਆ ਕੇ ਇਮਦਿਆਨ ਮੇਰੇ ਤੂੰ ਡੁਰ ਬਣ ਨਹਿ ਗਿਆ, ਆਵਾਜ਼ ਆਉਂਦੇ ਮੌਲਾ ਮੈਂ ਭੁੱਲਦਾ ਯਾ ਜ਼ਮਾਨੇ ਦੀ ਬਤੂਲ ਬਹਿ ਰਹੀ ਵਧੀਏ, ਆਵਾਜ਼ ਆਉਂਦਾ ਓ ਛੋਟੀ ਬਤੂਲੇ ਬੇਗੈਰਤ ਲੋਗੇ ਸਈਦਾ ਦਇਆ ਮੁਰਤ ਜੇ ਮੜੀ ਦੀ ਕੋ ਗਿਣ ਜਾ, ਮੁਰਤ ਜੇ ਦਾਇਆ ਸੈਣ ਮਸੂਮਾ ਕੋ ਨਾ ਲਾ ਕੇ ਡੁਰੇ ਬੀਬੀ ਉਦਾਈਏ ਜਿੱਥ ਜ਼ਖਮੀ ਬਾਬਾ ਸਲਾਮ ਕਰ ਗਿਆ ਜੇ ਬਾਬਾ, ਖੁਸ਼ਕ ਮੱਟੀ ਕੇ ਨਾਇਆ ਕਰ ਤਯਮੁਮ ਪਰ ਨਮਾਜ਼, ਜਦ ਜੁਮਲੇ ਵਾਸਤੇ ਮਿਹਨਤ ਕੀ ਦੀਏ ਅੱਲਾ ਗਵਾਹ ਰੋ ਗਿਆ ਜੇ ਬਾਬਾ ਮੈਂ ਕੁਛ ਮੰਗਦੀ ਆ, ਆਵਾਜ਼ ਆਉਂਦਾ ਮੜੀ ਦੀ ਕਿਆ ਮੰਗਣਾ ਏ, ਆਵਾਜ਼ ਆਉਂਦਾ ਬਾਬਾ ਦੀਆਂ ਕੋਈ ਜੇ ਦਾਦਾ ਤਾਂ ਨਹੀਂ ਮੰਗਦੀਆਂ, ਬਾਬਾ ਮੈਂ ਕੁਸੀ ਨੇ ਦੇ ਸਮਾ, ਆਵਾਜ਼ ਆਉਂਦਾ ਬਾਬਾ ਤੇਰੇ ਬਾਦ ਮੈਂ ਮਿੱਟੀਆਂ ਦੇ ਸਾਹਮਣੇ, ਮੈਂ ਲੱਗਦਾ ਵਾਕਾਂ ਆਵਾਜ਼ ਆਉਂਦਾ ਬਾਬਾ ਤੇਰੇ ਬਾਦ
میں مٹیاں دے زمنا غیرت والے شبیر دی آواز آندے معصوما انتظار کر پہلا تیر شبیر چ گئے دوجا چ گئے ممبر دی قسم چوتھا تیر شبیر دو ہتھاں دے نال چ گئے جیوے معصوما نے دی گھڑی آئی اکی دے ہاتھ رکھ گیا دے بابا نہ چھک تیر آواز آندے بابا میں ولی وے دیا آواز حسین دیگ کیوں بلائے سیدہ دیا ویلے دیا بلائیا نہیں ویندیا دیا آپ آئی آواز آدھے تین یا میں اٹھا ویلے میں ڈے امام دی آواز آندی مسوما وال جل وڈا ظالم ہی ظلم کرے دی بی بی اجا چند قدماں تے گئی آئی بوسائی گائے محمد دی پہلی بے ادبی کیتی ہے ڈاڈی دے گل چبائی چڑاوڑ لگ گئی ہے رو کیا دیے ڈاڈی میں کو چھوڑ میرا بابا پیا مریندا ہے آواز میں لگ دوا گا آواز آندے میں کو چھوڑ میرا تسا بابا ہے بی بی آدھے خنجرے جات پائے بی بی آدھے آیا کر میڈا نمازی بابے ظالم نہیں منی بی بی آدھے پیو دے گال دے گال رکھ کے سنبھئے روکیا دیے جے نئے رکدا اگل مار گیا دیے میں پیو دے گال رکھ دیا او کٹے خنجر چلا او میں پیو دے بارد دنیا دے کیوں اللہ اللہ